ਲਓ ਜੀ 1 ਮਿੰਟ ਦੀ ਦੂਰੀ ਤੇ ਰਹਿੰਦੇ ਆ ਭਰਾ ਦੇ ਕਿੰਨੇ ਸਾਲ ਲਾਤੇ ਇੰਨਾ ਕਿ ਸਫਰ ਜਿਹੜਾ ਇੱਕ ਬਾਰਡਰ ਨੇ ਦੋਵਾਂ ਭਰਾਵਾਂ ਨੂੰ ਮਿਲਣ ਚ ਕਿੰਨੇ ਸਾਲ ਦੇ ਇਹਨਾਂ ਦੀ ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲ ਵੱਖਰੀ ਪਾਉਣ ਚ ਜੱਫੀ ਪਾਉਣ ਚ ਅੱਜ ਸਾਹਮਣੇ ਉਹ ਵੇਖੋ ਜੀ ਤੁਹਾਡਾ ਭਰਾ ਪਛਾਣ ਲਿਆ ਬਾਬੇ ਨੇ 74 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ ਸਹੀ ਗੱਲ ਜੀ ਆ ਸਿੱਕੇ ਜੱਫੀ ਪਾ ਰਹੇ छोटी पड़ा दे कोई नहीं हजे भी जमाना कच्चे हो गए ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲ ਵੱਖਰੀ ਪਾਉਣ ਚ ਜੱਫੀ ਪਾਉਣ ਚ ਅੱਜ ਸਾਹਮਣੇ ਉਹ ਵੇਖੋ ਜੀ ਤੁਹਾਡਾ ਭਰਾ ਪਛਾਣ ਲਿਆ ਬਾਬੇ ਨੇ 74 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ ਸਹੀ ਗੱਲ ਆ ਸਿੱਕੇ ਜੱਫੀ ਪਾ ਰਹੇ ਛੋਟੀ ਪੜਾ ਦੇ ਕੋਈ ਨੀ ਹਜੇ ਵੀ ਜਮਾਨਾ ਕੱਚੇ ਹੋ ਗਏ ਕਿੰਨੇ ਸਾਲ ਲਾਤੇ ਇੰਨਾ ਕਿ ਸਫ਼ਰ ਜਿਹੜਾ ਇੱਕ ਬਾਰਡਰ ਨੇ ਦੋਵਾਂ ਭਰਾਵਾਂ ਨੂੰ ਮਿਲਣ ਚ ਕਿੰਨੇ ਸਾਲ ਦੇ ਇਹਨਾਂ ਦੀ ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲ ਵੱਖਰੀ ਪਾਉਣ ਚ ਜੱਫੀ ਪਾਉਣ ਚ ਅੱਜ ਸਾਹਮਣੇ ਉਹ ਵੇਖੋ ਜੀ ਤੁਹਾਡਾ ਭਰਾ ਪਛਾਣ ਲਿਆ ਬਾਬੇ ਨੇ 74 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ ਸਹੀ ਗੱਲ ਆ ਸਿੱਕੇ ਜੱਫੀ ਪਾ ਰਹੇ ਛੋਟੀ ਪੜਾ ਦੇ ਕੋਈ ਨੀ ਹਜੇ ਵੀ ਜਮਾਨਾ ਕੱਚੇ ਹੋ ਗਏ ভোগালীৰ আনন্দ এইবাৰ ভোগালী জলপান আৰু টাইমেটৰ সৈতে ভোগালী জলপানৰ সূজনত ভোগালীৰ ভেলাঘৰ আপোনাৰ পথাৰৰ সেই ধুনীয়া ভেলাঘৰত উপস্থিত হ'ব টাইমেটৰ সাংবাদিক আৰু আমি নিৰ্বাচিত কৰিম ভোগালী জলপান শ্ৰেষ্ঠ ভেলাঘৰ আপুনিও অংশগ্ৰহণ কৰক ভোগালী জলপান আৰু টাইমেটৰ ভোগালীৰ ভেলাঘৰ শ্রেষ্ঠ ভেলাঘর বাছনি করে পুরস্কৃত করা হব অংশ লোক ভোগালী জলপান ভোগালী ভেলাঘরত।